ਕਹਿਣਾ ਤਾਂ ਕੀ ਆ ਜੀ, 70-75 ਸਾਲ ਹੋ ਗਏ, ਹੁਣ ਤੱਕ ਧੱਕੇ ਖਾਦੇ ਆ। ਆਜ਼ਾਦੀ ਉਹਨਾਂ ਖਤਰਾ ਲੀਡਰਾਂ ਲਈ। 45 ਸਾਲ ਤੇ ਪਹਿਲਾਂ ਵੀ ਆਜ਼ਾਦੀ ਦਿਵਸ ਮਨਾਇਆ ਹੋਊਗਾ, ਅੱਜ ਕੁਝ ਵੱਖਰਾ ਲੱਗ ਰਿਹਾ ਕਿ ਜਾਂ ਪਹਿਲਾਂ ਦੀ ਤਰ੍ਹਾਂ? ਪਹਿਲਾਂ ਆਜ਼ਾਦੀ ਦੇ ਮਨਾਉਂਦੇ ਹੁੰਦੇ ਸੀ ਵੀ ਖੁਸ਼ੀ ਹੁੰਦੀ ਆ, ਤਾਂ ਹੁਣ 2-3 ਸਾਲਾਂ ਤੋਂ ਪਤਾ ਲੱਗਣ ਲੱਗ ਗਿਆ ਵੀ ਅਸੀਂ ਆਜ਼ਾਦ ਹੈ ਹੀ ਨਹੀਂ ਕਿਸੇ ਪਾਸੇ। ਪਹਿਲਾਂ ਨਹੀਂ ਮਹਿਸੂਸ ਹੋਇਆ ਵੀ ਅਸੀਂ ਗੁਲਾਮ ਹਾਂ? ਹੁੰਦਾ ਸੀ, ਪਰ ਉਦੋਂ ਕੋਈ ਸਹਾਰਾ ਨਹੀਂ ਮਿਲਦਾ ਸੀ, ਕੋਈ ਜ਼ਰੀਆ ਨਹੀਂ ਸੀ ਜ਼ਿਆਦਾ ਉੱਠ ਕੇ ਖੜੇ ਹੋਣ ਦਾ। ਹੁਣ ਕਿਸਾਨ ਤਾਂ ਅੰਦੋਲਨ ਦਾ ਹੁਣ ਜ਼ਰੀਆ ਮਿਲ ਗਿਆ ਉੱਠ ਕੇ ਖੜੇ ਹੋਣ ਦਾ। ਮਹਿੰਗਾਈ ਘੱਟ ਹੋਵੇ, ਬੱਚਿਆਂ ਨੂੰ ਸਿੱਖਿਆ ਵਧੀਆ ਮਿਲੇ, ਸਿਹਤ ਸਹੂਲਤਾਂ ਵਧੀਆ ਹੋਣ, ਪੜ੍ਹਾਈ ਵਧੀਆ ਬੱਚਿਆਂ ਨੂੰ ਸਸਤੀ ਹੋਵੇ, ਤੇ ਦੂਜਾ ਆਪਣੇ ਹੈਲਥ ਡਿਪਾਰਟਮੈਂਟ ਦੇ ਵਿੱਚ ਵਧੀਆ ਇਲਾਜ ਹੋਵੇ। ਬੱਚੇ ਬਾਹਰ ਨੂੰ ਭੱਜਦੇ, ਕਿਉਂ ਭੱਜਦੇ ਨੇ? ਸਿਸਟਮ ਗੰਦਾ ਕਰਕੇ। ਕਿਹੜਾ ਤਰੀਕਾ ਵਰਤਿਆ ਜਾ ਸਕਦਾ ਹੈ ਸਾਰੇ ਸਿਸਟਮ ਨੂੰ ਸਹੀ ਕਰਨ ਵਾਸਤੇ? ਕਿਹੜਾ ਤਰੀਕਾ ਵਰਤਿਆ ਜਾ ਸਕਦਾ? ਤਰੀਕਾ ਤਾਂ ਇਹੀ ਹੈ ਜੀ, ਵਧੀਆ ਬੰਦੇ ਵੋਟਾਂ ਦੇ ਵਿੱਚ ਚੁਣੇ ਜਾਣ, ਪੜ੍ਹੇ ਲਿਖੇ ਨੌਜਵਾਨ ਜਿਹੜੇ ਵਧੀਆ ਸੁਧਾਰ ਕਰ ਸਕਣ। ਅੱਜ ਆਪਾਂ ਫਿਰ ਵੀ ਸਾਡੇ ਜਿਵੇਂ ਤੁਸੀਂ ਇੱਥੇ ਕਿਸਾਨੀ ਸੰਘਰਸ਼ ਦੇ ਵਿੱਚ ਬੱਸਾਂ ਭਰ ਭਰ ਕੇ ਆਏ ਹੋ, ਜਦੋਂ ਤਾਜਪੋਸ਼ੀ ਹੋਈ, ਸਿੱਧੂ ਦੀ ਤਾਜਪੋਸ਼ੀ ਹੋਈ ਸੀ, ਇੱਦਾਂ ਇਹ ਤੋਂ ਜ਼ਿਆਦੀਆਂ ਬੱਸਾਂ ਭਰ ਭਰ ਕੇ ਉੱਥੇ ਗਈਆਂ ਸੀ, ਕੀ ਇਹ ਸਿਸਟਮ ਨੂੰ ਸਵਾਰਿਆ ਜਾ ਸਕਦਾ? ਉਹ ਲੋਕ ਕੁਛ ਹੈਗੇ ਜੋ ਅਜੇ ਪਿੱਛੇ ਲੱਗੇ, ਉਹਨਾਂ ਦੇ ਹੌਲੀ 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 ਹਟ ਰਹੇ ਨੇ, ਲੋਕਾਂ ਦੀ ਮਤਲਬ ਜਾਗਰਤੀ ਆ ਰਹੀ ਹੈ। ਉਹ ਨਹੀਂ ਛੱਡ ਸਕਦੇ ਕੁਛ ਬੰਦੇ, ਚਾਪਲੂਸੀ ਕਰਦੇ ਨੇ, ਕੀ ਕਹਿਣਾ ਚਾਹੁੰਦੇ? ਉਹ ਵਿੱਚੋਂ ਖਾਂਦੇ ਨੇ, ਇਹਨਾਂ ਨੂੰ ਸਰਮਾਏਦਾਰ ਪੈਸੇ ਮਿਲਦੇ ਨੇ, ਗਰੀਬ ਜਨਤਾ ਮਰ ਰਹੀ ਹੈ, ਇਹਨਾਂ ਦਾ ਹੱਕ ਖਾ ਕੇ ਉਹਨਾਂ ਨੂੰ ਦੇ ਰਹੇ ਨੇ, ਬਕਾਊ ਬੰਦੇ ਨੇ, ਤੇ ਜਿੱਥੋਂ ਉਹਨਾਂ ਨੂੰ ਖਾਣ ਨੂੰ ਮਿਲਦਾ ਉੱਥੇ ਨੂੰ ਭੱਜਦੇ ਨੇ ਉਹ। ਇਹਨਾਂ ਦਾ ਕਹਿਣਾ ਕਿ ਇਹ ਸਿਸਟਮ ਨੂੰ ਬਦਲਿਆ ਜਾਵੇ ਤਾਂ ਸਾਨੂੰ ਆਜ਼ਾਦੀ ਜਿਹੜੀ ਮਿਲ ਸਕਦੀ ਆ, ਨਹੀਂ ਤੇ ਆਜ਼ਾਦੀ ਸਾਡੇ ਵਾਸਤੇ, ਕਿਸਾਨਾਂ ਵਾਸਤੇ, ਮਜ਼ਦੂਰਾਂ ਵਾਸਤੇ ਜਿਹੜੀ ਆਜ਼ਾਦੀ ਸਾਡੇ ਵਾਸਤੇ ਹੈ ਨੀਗੀ। ਆਜ਼ਾਦੀ ਜਿਹੜੇ ਵੱਡੇ ਵੱਡੇ ਘਰਾਣੇ ਨੇ ਉਹਨਾਂ ਦੀ ਆਜ਼ਾਦੀ ਤੇ ਮੰਨੀ ਜਾ ਸਕਦੀ ਹੈ, ਪਰ ਜਾਂ ਲੀਡਰਾਂ ਦੀ ਆਜ਼ਾਦੀ ਮੰਨੀ ਜਾ ਸਕਦੀ ਆ, ਨਾ ਕਿਸਾਨਾਂ ਦੀ ਆਜ਼ਾਦੀ ਹੈ ਤੇ ਨਾ ਮਜ਼ਦੂਰਾਂ ਦੀ ਆਜ਼ਾਦੀ ਹੈ। ਅਸੀਂ ਇਹ ਸਿਸਟਮ ਨੂੰ ਬਦਲਾਂਗੇ, ਬਦਲਾਂਗੇ ਕਿਵੇਂ? ਅਜੇ ਤੱਕ ਇਹਦਾ ਤੋੜ ਨਹੀਂ ਮਿਲਿਆ। ਤੁਸੀਂ ਦੇਖ ਰਹੇ ਹੋ ਦੀਪ ਦਮਨ ਟੀਵੀ ਚੈਨਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।